ਇੱਕ ਨੌਜਵਾਨ ਨੂੰ ਰਾਹ 'ਚ ਘੇਰ ਲਿਆ ਤਾਂ ਉਸਦੇ ਉੱਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਉਸ ਕੋਲੋਂ ਜੋ ਕੁਝ ਵੀ ਸੀਗਾ ਸਭ ਖੋਹ ਕੇ ਫਰਾਰ ਹੋ ਗਏ। ਮਾਮਲਾ ਗੁਰਾਇਆ ਦਾ ਹੈ, ਜਿੱਥੇ 4-5 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਲਿਆ ਤਾਂ ਉਸਦੇ ਉੱਪਰ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਨਿਤਿਸ਼ ਨਾਮ ਦਾ ਨੌਜਵਾਨ ਫਗਵਾੜਾ ਤੋਂ ਕੰਮ ਤੋਂ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਗੁਰਾਇਆ ਨੇੜੇ ਪਹੁੰਚਿਆ ਤਾਂ ਉੱਥੇ ਗੁਰਾਇਆ ਦੇ ਨੇੜੇ ਲੁਟੇਰਿਆਂ ਨੇ ਉਸਨੂੰ ਰੋਕ ਲਿਆ, ਉਸ 'ਤੇ ਹਮਲਾ ਕਰ ਦਿੱਤਾ ਤੇਜ਼ਧਾਰ ਹਥਿਆਰਾਂ ਨਾਲ। ਉਸਦਾ ਮੋਟਰਸਾਈਕਲ, ਨਕਦੀ, ਪਰਸ, 2 ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਹੋਏ ਨਿਤਿਸ਼ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਕੰਮ ਤੋਂ ਇਹ ਨੌਜਵਾਨ ਵਾਪਸ ਆ ਰਿਹਾ ਸੀ, ਜਿਸ ਨੂੰ ਘੇਰ ਲਿਆ ਗਿਆ ਤਾਂ ਉਸਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇਹ ਹਾਲ ਦੇਖ ਸਕਦੇ ਹੋ ਨੌਜਵਾਨ ਦਾ, ਲੁਟੇਰਿਆਂ ਨੇ ਕੀ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਲੁਟੇਰੇ ਪੁਲਿਸ ਦੀ ਗ੍ਰਿਫਤ 'ਚ ਹੁੰਦੇ ਨੇ। ਕੀ ਨਾਮ ਤੁਹਾਡਾ? ਨਿਤੇਸ਼ ਸ਼ਰਮਾ ਜੀ। ਕਿੱਥੇ ਰਹਿਣ ਵਾਲੇ? ਮੈਂ ਕ੍ਰਿਸ਼ਨਾ ਕਲੋਨੀ ਗ੍ਰਹਿਣ ਦਾ ਰਹਿਣ ਵਾਲਾ ਜੀ। ਕਿੱਥੇ ਕੰਮ ਕਰਦੇ? ਮੈਂ ਕੋਸਮੋ ਹੁੰਡਾਈ ਫਗੋੜਾ ਵਿੱਚ ਕੰਮ ਕਰਦਾ ਜੀ। ਕੀ ਵਾਰਦਾਤ ਕੀ ਹੋਈ ਅੱਜ? ਸਰ ਮੈਂ ਕੰਮ ਤੋਂ ਛੁੱਟੀ ਕਰਕੇ ਘਰ ਨੂੰ ਆ ਰਿਹਾ ਸੀਗਾ, ਪਤਾ ਨਹੀਂ ਲੱਗਾ ਸਤਸੰਗ ਘਰ ਦੇ ਕੋਲ 3-4 ਮੋਟਰਸਾਈਕਲ ਆਏ ਜੀ, 15-20 ਬੰਦੇ ਸੀਗੇ ਮੇਰੇ ਵਿੱਚ, ਮੋਟਰਸਾਈਕਲ ਮਾਰ ਕੇ ਮੇਰੇ ਮੋਟਰਸਾਈਕਲ ਖੋ ਕੇ ਲੈ ਗਈ। ਫੋਨ ਸੀ, ਕਾਰਡ ਸੀ ਮੇਰੇ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਜ਼ਰੂਰੀ ਹੋਰ ਮੇਰੇ ਨਕਦੀ ਸੀਗੀ, ਸਾਰਾ ਕੁਝ ਖੋ ਕੇ ਲੈ ਗਏ। ਸਿਰ 'ਚ ਮੇਰੇ ਮਾਰਦੇ ਰਹੇ, ਬਾਹਾਂ 'ਤੇ ਵੀ ਮਾਰਿਆ ਜੀ, ਕੁੱਟਮਾਰ ਵੀ ਕੀਤੀ। ਨਵਾਂ ਮੋਟਰਸਾਈਕਲ ਸੀਗਾ, ਮੈਂ ਹਾਲੇ 4 ਮਹੀਨੇ ਪਹਿਲਾਂ ਹੀ ਕਢਾਇਆ, ਉਹ ਵੀ ਨਾਲ ਲੈ ਗਏ ਜੀ। ਕਿੰਨੇ ਵਜੇ ਦੀ ਵਾਰਦਾਤ ਹੈ? ਸਰ ਇਹ 7:30 ਵਜੇ ਦੀ ਵਾਰਦਾਤ ਹੈ ਜੀ। ਇਹ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ? ਹਾਂਜੀ। ਇੱਕ ਨੌਜਵਾਨ ਨੂੰ ਰਾਹ 'ਚ ਘੇਰ ਲਿਆ ਤਾਂ ਉਸਦੇ ਉੱਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਉਸ ਕੋਲੋਂ ਜੋ ਕੁਝ ਵੀ ਸੀਗਾ ਸਭ ਖੋਹ ਕੇ ਫਰਾਰ ਹੋ ਗਏ। ਮਾਮਲਾ ਗੁਰਾਇਆ ਦਾ ਹੈ, ਜਿੱਥੇ 4-5 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਲਿਆ ਤਾਂ ਉਸਦੇ ਉੱਪਰ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਨਿਤਿਸ਼ ਨਾਮ ਦਾ ਨੌਜਵਾਨ ਫਗਵਾੜਾ ਤੋਂ ਕੰਮ ਤੋਂ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਗੁਰਾਇਆ ਨੇੜੇ ਪਹੁੰਚਿਆ ਤਾਂ ਉੱਥੇ ਗੁਰਾਇਆ ਦੇ ਨੇੜੇ ਲੁਟੇਰਿਆਂ ਨੇ ਉਸਨੂੰ ਰੋਕ ਲਿਆ, ਉਸ 'ਤੇ ਹਮਲਾ ਕਰ ਦਿੱਤਾ ਤੇਜ਼ਧਾਰ ਹਥਿਆਰਾਂ ਨਾਲ। ਉਸਦਾ ਮੋਟਰਸਾਈਕਲ, ਨਕਦੀ, ਪਰਸ, 2 ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਹੋਏ ਨਿਤਿਸ਼ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਕੰਮ ਤੋਂ ਇਹ ਨੌਜਵਾਨ ਵਾਪਸ ਆ ਰਿਹਾ ਸੀ, ਜਿਸ ਨੂੰ ਘੇਰ ਲਿਆ ਗਿਆ ਤਾਂ ਉਸਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇਹ ਹਾਲ ਦੇਖ ਸਕਦੇ ਹੋ ਨੌਜਵਾਨ ਦਾ, ਲੁਟੇਰਿਆਂ ਨੇ ਕੀ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਲੁਟੇਰੇ ਪੁਲਿਸ ਦੀ ਗ੍ਰਿਫਤ 'ਚ ਹੁੰਦੇ ਨੇ। ਕੀ ਨਾਮ ਤੁਹਾਡਾ? ਨਿਤੇਸ਼ ਸ਼ਰਮਾ ਜੀ। ਕਿੱਥੇ ਰਹਿਣ ਵਾਲੇ? ਮੈਂ ਕ੍ਰਿਸ਼ਨਾ ਕਲੋਨੀ ਗ੍ਰਹਿਣ ਦਾ ਰਹਿਣ ਵਾਲਾ ਜੀ। ਕਿੱਥੇ ਕੰਮ ਕਰਦੇ? ਮੈਂ ਕੋਸਮੋ ਹੁੰਡਾਈ ਫਗੋੜਾ ਵਿੱਚ ਕੰਮ ਕਰਦਾ ਜੀ। ਕੀ ਵਾਰਦਾਤ ਕੀ ਹੋਈ ਅੱਜ? ਸਰ ਮੈਂ ਕੰਮ ਤੋਂ ਛੁੱਟੀ ਕਰਕੇ ਘਰ ਨੂੰ ਆ ਰਿਹਾ ਸੀਗਾ, ਪਤਾ ਨਹੀਂ ਲੱਗਾ ਸਤਸੰਗ ਘਰ ਦੇ ਕੋਲ 3-4 ਮੋਟਰਸਾਈਕਲ ਆਏ ਜੀ, 15-20 ਬੰਦੇ ਸੀਗੇ ਮੇਰੇ ਵਿੱਚ, ਮੋਟਰਸਾਈਕਲ ਮਾਰ ਕੇ ਮੇਰੇ ਮੋਟਰਸਾਈਕਲ ਖੋ ਕੇ ਲੈ ਗਈ। ਫੋਨ ਸੀ, ਕਾਰਡ ਸੀ ਮੇਰੇ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਜ਼ਰੂਰੀ ਹੋਰ ਮੇਰੇ ਨਕਦੀ ਸੀਗੀ, ਸਾਰਾ ਕੁਝ ਖੋ ਕੇ ਲੈ ਗਏ। ਸਿਰ 'ਚ ਮੇਰੇ ਮਾਰਦੇ ਰਹੇ, ਬਾਹਾਂ 'ਤੇ ਵੀ ਮਾਰਿਆ ਜੀ, ਕੁੱਟਮਾਰ ਵੀ ਕੀਤੀ। ਨਵਾਂ ਮੋਟਰਸਾਈਕਲ ਸੀਗਾ, ਮੈਂ ਹਾਲੇ 4 ਮਹੀਨੇ ਪਹਿਲਾਂ ਹੀ ਕਢਾਇਆ, ਉਹ ਵੀ ਨਾਲ ਲੈ ਗਏ ਜੀ। ਕਿੰਨੇ ਵਜੇ ਦੀ ਵਾਰਦਾਤ ਹੈ? ਸਰ ਇਹ 7:30 ਵਜੇ ਦੀ ਵਾਰਦਾਤ ਹੈ ਜੀ। ਇਹ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ? ਹਾਂਜੀ।